ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਗਨੀ ਖਾਨ ਨਬੀ ਖਾਨ ਪਾਤਸ਼ਾਹੀ ਦਸਵੀਂ ਮਾਛੀਵਾੜਾ ਸਾਹਿਬ ਵਿਖੇ। ਗੁਰਦੁਆਰਾ ਚਵਾਰਾ ਸਾਹਿਬ ਤੋਂ ਬਾਅਦ ਅਗਲਾ ਸਫ਼ਰ ਸ਼ੁਰੂ ਕਰਦੇ ਹਾਂ ਅਤੇ ਅੱਗੇ ਦੇ ਇਤਿਹਾਸ ਬਾਰੇ ਜਾਣਦੇ ਹਾਂ। ਜਿਵੇਂ ਆਪਾਂ ਪਿਛਲੇ ਬਲੌਗ ਵਿੱਚ ਜਾਣਿਆ ਸੀ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਗੁਲਾਬੇ ਅਤੇ ਪੰਜਾਬੇ ਦੇ ਚਵਾਰੇ ਵਿੱਚ ਠਹਿਰੇ ਹੋਏ ਹਨ ਅਤੇ ਮੁਗਲ ਹਕੂਮਤ ਦੇ ਡਰ ਤੋਂ ਭਾਈ ਗੁਲਾਬਾ ਅਤੇ ਪੰਜਾਬਾ ਇੱਕ ਥਾਲੀ ਵਿੱਚ ਭੇਟਾ ਰੱਖ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰ ਦਿੰਦੇ ਹਨ, ਵਿਦਾਇਗੀ ਦੇ ਦਿੰਦੇ ਹਨ। ਉਸ ਤੋਂ ਬਾਅਦ ਮਾਛੀਵਾੜੇ ਨਗਰ ਦੇ ਰਹਿਣ ਵਾਲੇ ਘੋੜਿਆਂ ਦੇ ਵਪਾਰੀ ਦੋ ਰਹੀਲੇ ਪਠਾਨ ਮੁਸਲਮਾਨ ਭਰਾ ਭਾਈ ਗਨੀ ਖਾਨ ਅਤੇ ਨਵੀ ਖਾਨ, ਜਦੋਂ ਉਹਨਾਂ ਨੂੰ ਗੁਰੂ ਸਾਹਿਬ ਦੀ ਆਮਦ ਦਾ ਪਤਾ ਲੱਗਦਾ ਹੈ ਤਾਂ ਉਹ ਗੁਰੂ ਸਾਹਿਬ ਨੂੰ ਭਾਈ ਗੁਲਾਬੇ ਅਤੇ ਪੰਜਾਬੇ ਦੇ ਘਰੋਂ ਆਪਣੇ ਘਰ ਲੈ ਆਉਂਦੇ ਹਨ। ਤਖਤਾਂ ਤਾਜਾਂ ਦੇ ਮਾਲਕ ਸ਼ਾਹੇ ਸ਼ਹਿਨਸ਼ਾਹ ਨੂੰ ਇਹਨਾਂ ਹਾਲਾਤਾਂ ਵਿੱਚ ਦੇਖ ਉਹਨਾਂ ਦਾ ਮਨ ਭਾਵੁਕ ਹੋ ਜਾਂਦਾ ਹੈ। ਨਾ ਸਾਜੋ, ਨਾ ਬਾਜੋ, ਨਾ ਫੌਜੋ, ਨਾ ਫਰਸ਼, ਖੁਦਾਵੰਦ ਬਖਸ਼ੰਦ ਐਸ਼ ਅਰਸ਼, ਜਿਸ ਦਾ ਜ਼ਿਕਰ ਗੁਰੂ ਸਾਹਿਬ ਜ਼ਫਰਨਾਮੇ ਵਿੱਚ ਵੀ ਕਰਦੇ ਹਨ। ਕਿਸੇ ਸਮੇਂ ਅਨੰਦਪੁਰ ਸਾਹਿਬ ਗੁਰੂ ਜੀ ਕੋਲ ਸੰਗਤਾਂ ਦਾ ਇਕੱਠ ਰਹਿੰਦਾ ਸੀ। ਦੁਨੀਆ ਦੀ ਹਰ ਸੁੱਖ ਸਹੂਲਤ ਉਹਨਾਂ ਕੋਲ ਸੀ। ਅੱਜ ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਸਾਹਿਬ ਕੋਲ ਨਾ ਹੀ ਤਨ 'ਤੇ ਸਜਾਉਣ ਲਈ ਬਸਤਰ ਹਨ, ਨਾ ਕਲਗੀ ਹੈ, ਨਾ ਤੋੜਾ ਹੈ, ਨਾ ਪੈਰਾਂ ਵਿੱਚ ਜੋੜਾ ਹੈ, ਨਾ ਘੋੜਾ ਹੈ, ਨਾ ਸਿਰ 'ਤੇ ਤਾਜ ਹੈ, ਨਾ ਮੋਢੇ 'ਤੇ ਬਾਜ ਹੈ, ਨਾ ਹੀ ਗੁਰੂ ਸਾਹਿਬ ਨਾਲ ਫੌਜ ਹੈ। ਫਿਰ ਵੀ ਅਕਾਲ ਪੁਰਖ ਦੇ ਭਾਣੇ ਵਿੱਚ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰਹੇ। ਉਸ ਜੋਖਮ ਭਰੇ ਸਮੇਂ ਵਿੱਚ ਭਾਈ ਗਨੀ ਖਾਨ ਅਤੇ ਨਬੀ ਖਾਨ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਆਉਂਦੇ ਹਨ, ਗੁਰੂ ਸਾਹਿਬ ਦੀ ਸੇਵਾ ਕਰਦੇ ਹਨ। ਕੌਣ ਸਨ ਗਨੀ ਖਾਨ ਅਤੇ ਨਬੀ ਖਾਨ? ਭਾਈ ਗਨੀ ਖਾਨ ਅਤੇ ਨਬੀ ਖਾਨ ਬੀਬੀ ਮਮਤਾਜ ਦੇ ਭੂਆ ਦੇ ਪੁੱਤਰ, ਬੀਬੀ ਮਮਤਾਜ ਦੇ ਪਿਤਾ ਕੋਟਲਾ ਨਿਹੰਗ ਖਾਨ, ਜੋ ਪੀਰ ਬਦਰੂਦੀਨ, ਜਿਨ੍ਹਾਂ ਨੂੰ ਆਪਾਂ ਪੀਰ ਬੁੱਧੂ ਸ਼ਾਹ ਕਹਿੰਦੇ ਹਾਂ, ਉਹਨਾਂ ਦੇ ਮਰੀਦ ਸਨ। ਕੋਟਲਾ ਨਿਹੰਗ ਖਾਨ ਦੇ ਪੁੱਤਰ ਆਲਮ ਖਾਨ ਦਾ ਵਿਆਹ ਰਾਏ ਕੱਲਾ ਦੀ ਬੇਟੀ ਨਾਲ ਹੋਇਆ ਸੀ। ਇਹ ਸਾਰੇ ਪਰਿਵਾਰ ਗੁਰੂ ਘਰ ਦੀ ਸੇਵਾ ਨਾਲ ਜੁੜੇ ਹੋਏ ਸਨ। ਭਾਈ ਗਨੀ ਖਾਨ ਅਤੇ ਨਵੀ ਖਾਨ ਕਾਬਲ ਤੋਂ ਵਧੀਆ ਨਸਲ ਦੇ ਘੋੜੇ ਲਿਆ ਕੇ ਉਹਨਾਂ ਦਾ ਵਪਾਰ ਕਰਿਆ ਕਰਦੇ ਸਨ। ਗੁਰੂ ਸਾਹਿਬ ਵੀ ਇਹਨਾਂ ਕੋਲੋਂ ਵਧੀਆ ਕਿਸਮ ਦੇ ਘੋੜੇ ਖਰੀਦਿਆ ਕਰਦੇ ਸਨ। ਕੁਝ ਇਤਿਹਾਸ ਮੁਤਾਬਕ ਇਹ ਗੁਰੂ ਸਾਹਿਬ ਕੋਲ ਨੌਕਰੀ ਵੀ ਕਰਦੇ ਰਹੇ ਹਨ ਅਤੇ ਅਕਸਰ ਹੀ ਅਨੰਦਪੁਰ ਸਾਹਿਬ ਜਾਇਆ ਕਰਦੇ ਸਨ। ਉਹ ਗੁਰੂ ਸਾਹਿਬ ਦੇ ਅਨਿੰਨ ਸ਼ਰਧਾਲੂ ਬਣ ਗਏ ਸਨ। ਉਸ ਜੰਗੀ ਯੁੱਧ ਮਾਹੌਲ ਵਿੱਚ ਭਾਈ ਗਨੀ ਖਾਨ ਅਤੇ ਨਬੀ ਖਾਨ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਆਏ। ਥਾਂ ਥਾਂ 'ਤੇ ਸੂਏ ਘੁੰਮ ਰਹੇ ਸਨ, ਚੱਪੇ ਚੱਪੇ 'ਤੇ ਗੁਰੂ ਸਾਹਿਬ ਦੀ ਭਾਲ ਹੋ ਰਹੀ ਸੀ। ਕਸ਼ਮੀਰ, ਸਰਹੰਦ, ਦਿੱਲੀ, ਲਾਹੌਰ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਗੁਰੂ ਸਾਹਿਬ ਨੂੰ ਚੱਪੇ ਚੱਪੇ 'ਤੇ ਲੱਭ ਰਹੀਆਂ ਸਨ। ਸਰਹੰਦ ਦੇ ਨਵਾਬ ਨੇ ਗਸ਼ਤ ਕਰਨ ਵਾਲੇ ਟੋਲੇ ਪਿੰਡਾਂ ਵਿੱਚ ਭੇਜ ਦਿੱਤੇ, ਗੁਰੂ ਸਾਹਿਬ ਨੂੰ ਲੱਭ ਕੇ ਲੈ ਕੇ ਆਓ, ਜਾਣਕਾਰੀ ਦਿਓ, ਇਨਾਮ ਵੀ ਰੱਖੇ। ਇਹੋ ਜਿਹੇ ਕਠਿਨ ਸਮੇਂ ਵਿੱਚ ਗੁਰੂ ਸਾਹਿਬ ਨੂੰ ਭਾਈ ਗਨੀ ਖਾਨ ਅਤੇ ਨਵੀ ਖਾਨ ਨੇ ਆਪਣੇ ਘਰ ਰੱਖਿਆ। ਗੁਰੂ ਸਾਹਿਬ ਇੱਥੇ 2 ਦਿਨ 2 ਰਾਤਾਂ ਰਹੇ ਸਨ। ਗੁਰੂ ਸਾਹਿਬ ਉਹਨਾਂ ਤੋਂ ਪੁੱਛਦੇ ਹਨ ਕਿ ਭਾਈ ਤੁਸੀਂ ਤਾਂ ਨਹੀਂ ਡੋਲ ਜਾਵੋਗੇ? ਤਾਂ ਭਾਈ ਗਨੀ ਖਾਨ ਅਤੇ ਨਬੀ ਖਾਨ ਕਹਿੰਦੇ ਹਨ, ਸਾਡਾ ਸਿਰ ਤਾਂ ਲੱਥ ਸਕਦਾ ਹੈ, ਸਰੀਰ ਦੇ ਟੁਕੜੇ ਟੁਕੜੇ ਹੋ ਸਕਦੇ ਹਨ, ਪਰ ਅਸੀਂ ਦੁਸ਼ਮਣ ਨੂੰ ਤੁਹਾਡੇ ਤੱਕ ਨਹੀਂ ਆਉਣ ਦੇਵਾਂਗੇ, ਤੁਹਾਡਾ ਬਾਲ ਵੀ ਵਿੰਗਾ ਨਹੀਂ ਹੋਣ ਦੇਵਾਂਗੇ। ਉਸ ਸਮੇਂ ਗੁਰੂ ਜੀ ਨੂੰ ਆਪਣੇ ਘਰ ਰੱਖਣਾ ਖਤਰੇ ਤੋਂ ਖਾਲੀ ਨਹੀਂ ਸੀ। ਗੁਰੂ ਜੀ ਨੂੰ ਉਸ ਸਮੇਂ ਆਪਣੇ ਘਰ ਰੱਖਣਾ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਗੁਰੂ ਦੇ ਪਿਆਰ ਅੱਗੇ ਮਜ਼ਹਬ ਦੀਆਂ ਦੀਵਾਰਾਂ ਵੀ ਬੋਨੀਆਂ ਪੈ ਜਾਂਦੀਆਂ ਹਨ। ਫਿਰ ਇਸੇ ਅਸਥਾਨ 'ਤੇ ਭਾਈ ਗਨੀ ਖਾਨ ਅਤੇ ਨਵੀ ਖਾਨ ਦੇ ਵਿਹੜੇ ਵਿੱਚ ਗੁਰੂ ਸਾਹਿਬ ਬੈਠੇ ਹਨ। ਭਾਈ ਗਨੀ ਖਾਨ ਅਤੇ ਨਵੀ ਖਾਨ ਦੀ ਇੱਕ ਛੋਟੀ ਜਿਹੀ ਬੇਟੀ ਹੈ, ਉਹ ਗੁਰੂ ਸਾਹਿਬ ਨਾਲ ਖੇਡਦੀ ਹੈ। ਗੁਰੂ ਸਾਹਿਬ ਉਸ ਨੂੰ ਬਹੁਤ ਲਾਡ ਕਰਦੇ ਹਨ। ਗੁਰੂ ਸਾਹਿਬ ਉਸ ਬੱਚੀ ਨੂੰ ਬਹੁਤ ਅਸੀਸਾਂ ਦਿੰਦੇ ਹਨ। ਗਨੀ ਖਾਨ ਅਤੇ ਨਵੀ ਖਾਨ ਦੀ ਮਾਤਾ ਆਪਣੇ ਪੁੱਤਰਾਂ ਨੂੰ ਕਹਿੰਦੀ ਹੈ ਕਿ ਸਿਰ ਧੜ ਦੀ ਬਾਜੀ ਲਾ ਦਿਓ, ਗੁਰੂ ਸਾਹਿਬ ਨੂੰ ਕੋਈ ਆਂਚ ਨਾ ਆਉਣ ਦਿਓ। ਫਿਰ ਇੱਥੇ ਹੀ ਇਸੇ ਵਿਹੜੇ ਵਿੱਚ ਬਿਉਂਤ ਬਣਾਈ ਜਾਂਦੀ ਹੈ, ਪਲੈਨ ਬਣਾਇਆ ਜਾਂਦਾ ਹੈ ਕਿ ਗੁਰੂ ਸਾਹਿਬ ਨੂੰ ਮੁਗਲ ਫੌਜ ਦੇ ਘੇਰੇ 'ਚੋਂ ਬਾਹਰ ਅਤੇ ਮਾਛੀਵਾੜੇ ਦੀ ਹੱਦ ਤੋਂ ਬਾਹਰ ਉੱਚਾ ਪੀਰ ਬਣਾ ਕੇ ਸੁਰੱਖਿਅਤ ਕਿਵੇਂ ਲੈ ਕੇ ਜਾਣਾ ਹੈ, ਇਹ ਪਲੈਨ ਬਣਾਇਆ ਜਾਂਦਾ ਹੈ। ਉੱਚ ਦੇ ਪੀਰ ਦਾ ਕੀ ਅਰਥ ਹੈ, ਆਓ ਜਾਣਦੇ ਹਾਂ। ਉੱਚ ਇੱਕ ਪਿੰਡ ਹੁੰਦਾ ਸੀ ਪਾਕਿਸਤਾਨ ਦੇ ਵਿੱਚ,
सिंध घाटी दे समय सिकंदर ने जदों पंजाब उत्ते हमला कीता उसने ओह इलाका जितया ते उच्च पिंड बसाया सी। सिकंदर दी भाषा विच अलैगजेंड्रियन सिटी ऑफ इंदस सिविलाइजेशन। 712 ईस्वी विच मुहम्मद बिन कासिम ने उच्च नूं जित लिया, उसका नाम उच्च शरीफ रख दिता गया, फिर ओह इस्लाम दा केंद्र बन गया। उत्थों दे इक पीर जलालुद्दीन बुखारी जिन्हां दी इस्लाम विच बहुत मानता सी, तां तां श्री गुरु नानक देव जी भी 1500 दे दहाके विच उच्च शरीफ गए सन, ते मक्के विच भी उन्हां ने उच्च शरीफ दे कुछ पीरां फकीरां नाल वार्तालाप कीती सी। उच्च शरीफ पीरां फकीरां दी धरती सी, जिथों दे पीर फकीर नीले रंग दे बाणे पाउंदे सन ते केस पिछे नूं रखदे सन। उस समय ओह इलाका मुगल राज दे अधीन सी ते उत्थों दे पीरां फकीरां दी इस्लाम विच बहुत मानता सी। अज उच्च शरीफ पाकिस्तान पंजाब विच बहावलपुर जिले विच स्थित है। फिर गनी खान ते नवी खान गुरु साहब नाल चर्चा करदे हन कि किवें नीले रंग दे बस्तर पहन के माछीवाड़े दी हद तों बाहर उच्च दा पीर बन के सुरक्षित निकलना है। जो गुरु साहब ने माता हरदेई जी तों पोशाका ग्रहण कीता सी, उस पोशाके नूं उच्च दा पीर बन समय ललारी पासों नीले रंग विच रंगवाया, जिस दी चर्चा आपां पिछले ब्लॉग विच कर चुके हाँ। गुरु साहब ललारी दे मट उत्ते अपनी अपार कृपा करदे हन ते ललारी जिस दी सारी कमाई करजे विच निकल जांदी सी ते उस दे कोल कोई औलाद भी नहीं सी, गुरु साहब उस नूं वर दिंदे हन कि जिहड़ा रंग सोच के तुसीं बस्तर मट विच पाओगे उसे रंग विच बस्तर रंग जाणगे। ओह मट ललारी दा परिवार कई पीढ़ियां तक वरतदा रहा ते गुरु साहब ने कहा सी इह राज किसे नूं ना दस्सिओ, जिस दी चर्चा ते मट साहब दे दर्शन आपां पिछले ब्लॉग विच करा चुके हाँ। समा आ जांदा है नीले बस्तर रंगे जांदे हन। गुरु साहब जी नीले बस्तर पहन के उच्च दे पीर दे रूप विच पलंग उपर विराजमान हो गए। भाई गनी खान ते नवी खान भरावां ने पलंग नूं अगों ते प्यारे भाई दया सिंह ते भाई धर्म सिंह ने पिछों अपने मोढ़ियां उपर चुक लिया। भाई मान सिंह जी पिछों मोर दे खंभां दी चोर करन लग पए। गुरु साहब इस स्थान ते 2 दिन 2 रातां रुके सन। जदों गुरु साहब जाण लगे भाई गनी खान ते नवी खान दी छोटी जिही बच्ची दा मन भावुक हो जांदा है। ओह छोटी जिही बच्ची नूं किवें गुरु साहब दी पोतरी होण दा खिताब मिलदा है, आओ जाणदे हां। भाई गनी खान ते नवी खान गुरु साहब नूं उच्च दा पीर बना के अपने मोढ़ियां उत्ते पलंग चुक के आलमगीर तक सुरक्षित लै के जांदे हन। जदों गुरु जी आलमगीर पहुँचदे हन ਉਹ ਭਾਈ ਗਨੀ ਖਾਨ ਅਤੇ ਨਵੀ ਖਾਨ ਨੂੰ ਵਾਪਸ ਜਾਣ ਲਈ ਕਹਿੰਦੇ ਹਨ ਤਾਂ ਭਾਈ ਗਨੀ ਖਾਨ ਅਤੇ ਨਵੀ ਖਾਨ ਦਾ ਦਿਲ ਟੁੱਟ ਜਾਂਦਾ ਹੈ, ਉਹਨਾਂ ਦਾ ਵਾਪਸ ਆਉਣ ਨੂੰ ਦਿਲ ਨਹੀਂ ਕਰਦਾ। ਫਿਰ ਗੁਰੂ ਸਾਹਿਬ ਇੱਕ ਹੁਕਮਨਾਮਾ ਜਾਰੀ ਕਰਦੇ ਹਨ। ਹੁਕਮਨਾਮਾ ਗੁਰੂ ਦਾ ਹੁਕਮ ਹੁੰਦਾ ਹੈ ਜਿਸ ਨੂੰ ਟਾਲਿਆ ਨਹੀਂ ਜਾ ਸਕਦਾ, ਜਿਸ ਵਿੱਚ ਗੁਰੂ ਜੀ ਲਿਖਦੇ ਹਨ ਇੱਕ ਓਂਕਾਰ ਸ਼੍ਰੀ ਸਤਿਗੁਰ ਜੀਓ ਸ਼੍ਰੀ ਵਾਹਿਗੁਰੂ ਜੀ ਕੀ ਆਗਿਆ ਹੈ ਸਰਬੱਤ ਸੰਗਤ ਉਪ ਮੇਰਾ ਹੁਕਮ ਹੈ, ਗਨੀ ਖਾਨ ਔਰ ਨਵੀ ਖਾਨ ਇਹ ਜੋ ਹੈਨ ਮੇਰੇ ਫਰਜੰਦ ਸੋ ਬਹਿਜ ਹੈਨ, ਮੇਰੇ ਕੰਮ ਆਏ ਹੈਨ, ਜੋ ਸਿੱਖ ਇਨਕੀ ਖਿਜਮਤ ਅੰਦਰ ਰੁੱਝ ਰਹੇਗਾ ਸੋ ਨਿਹਾਲ ਹੋਗ, ਉਹਨਾਂ ਉੱਪਰ ਮੇਰੀ ਖੁਸ਼ੀ ਹੋਗ, ਉਸ ਉੱਪਰ ਮੇਰਾ ਹੱਥ ਹੋਗ, ਇਹ ਜੋ ਹੈਨ ਸੋ ਮੇਰੇ ਹੈਨ, ਜੋ ਸਿੱਖ ਇਨਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ। ਭਾਵ ਗੁਰੂ ਸਾਹਿਬ ਨੇ ਹੁਕਮਨਾਮੇ ਵਿੱਚ ਸਿੱਖ ਸੰਗਤ ਨੂੰ ਹੁਕਮ ਦਿੱਤਾ ਕਿ ਭਾਈ ਗਨੀ ਖਾਨ ਅਤੇ ਨਵੀ ਖਾਨ ਮੇਰੇ ਫਰਜੰਦ ਹਨ, ਮੇਰੇ ਪੁੱਤਰ ਹਨ, ਲਖਤੇ ਜਿਗਰ ਹਨ, ਸਾਹਿਬਜ਼ਾਦਿਆਂ ਤੋਂ ਬਾਅਦ ਗਨੀ ਖਾਨ ਅਤੇ ਨਵੀ ਖਾਨ ਮੇਰੇ ਪੁੱਤਰ ਹਨ। ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਇਹ ਮੁਸੀਬਤ ਵਿੱਚ ਮੇਰੇ ਕੰਮ ਆਏ ਹਨ, ਜੋ ਇਹਨਾਂ ਦੀ ਸੇਵਾ ਕਰੇਗਾ ਸਮਝ ਲਓ ਮੇਰੀ ਸੇਵਾ ਕਰੇਗਾ। ਇੱਕ ਪਾਸੇ ਗਨੀ ਖਾਨ ਅਤੇ ਨਵੀ ਖਾਨ ਨੂੰ ਦੁੱਖ ਵੀ ਲੱਗਦਾ ਹੈ ਕਿ ਉਹ ਗੁਰੂ ਤੋਂ ਵਿਛੜ ਰਹੇ ਹਨ ਅਤੇ ਇੱਕ ਪਾਸੇ ਖੁਸ਼ੀ ਵੀ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਫਰਜੰਦ ਲਖਤੇ ਜਿਗਰ ਪੁੱਤਰ ਬਣਾਇਆ ਹੈ। ਇੱਕ ਮਿਕਸ ਜਿਹਾ ਇਮੋਸ਼ਨ ਹੈ, ਫੀਲਿੰਗ ਹੈ। ਉਹ ਆਲਮਗੀਰ ਤੋਂ ਵਾਪਸ ਇਸ ਸਥਾਨ 'ਤੇ ਆਪਣੇ ਘਰ ਪਹੁੰਚਦੇ ਹਨ।
फिर गनी खान ते नवी खान दी छोटी जही बच्ची पुछदी है कि तुसी गुरु साहब नू कित्थे छड आए हो। गनी खान ते नवी खान कुछ समा चुप रहे ते बाद विच बेड़े विच बैठ के सारे परिवार नू हुक्मनामा सुनाउंदे हन। बच्ची उन्हां दे हत्थ विच्चों कागज दा टुकड़ा फड़ के चुम्मदी है, फिर कहिंदी है, अब्बा जान एक बार फिर पढ़ो, प्यो पढ़दा नहीं थकदा ते धी सुनदी नहीं थकदी। काफ़ी देर तक यह खेड़ वरतदी रही। दीवे विच्चों तेल मुक गया, हनेर पसर गया। अखीर बच्ची ने पुछया, अब्बा जान तुसी इस कागज दे टुकड़े दा की करोगे? तां बाप ने कहा, बेटा यह मेरे लिए बहुत कीमती चीज़ है, यह हुक्मनामा मेरे गुरु साहब दा बख्शिया होया है, मैं इसनू जवानी याद किया है, यह मेरे जहन विच बैठ गया है, मर के भी मेरे नाल रहेगा ते अगे भी मेरे नाल रहेगा, तैनू नहीं पता इस नाल मेरा की रुतबा हो गया है, गुरु साहब ने मैनू अपना नादी पुत्र मन्या है ते पावन हुक्मनामा लिख के दिता है, नबी खान गनी खान सानू पुत्रां तो वधेरे हन। बच्ची बड़ा खुश हुई ते कहन लगी, जेकर तुसी गुरु साहब दे पुत्र हो तां मैं की लगी? तां गनी खान ते नबी खान कहिंदे हन, तू गुरु साहब दी पोतरी लगी, पोती लगी। बच्ची पुछदी है कि गुरु साहब दी होर भी कोई पोती है? तां ओह कहिंदे हन कि गुरु साहब दे धियां पुत्र तां बहुत हन, पूरी कायनात विच्चों सिर्फ तू ही गुरु साहब दी पोती है। तां ओह बच्ची बहुत खुश हुंदी है ते बेड़े विच झूम झूम के यह गाउंदी है, मैं पोती मैं पोती मैं आबदार मोती, मैं जोत संग ज्योति मैं पोती मैं पोती, मैं जागती मैं सोती मैं बैठी ओ खलोती, मैं प्रीत तार परोती मैं आबदार मोती, मैं पोती मैं पोती मैं गोविंद की पोती, मैं पोती मैं पोती। गनी खान ते नबी खान दे परिवार दियां अगे तो अगे पीढ़ियां माछीवाड़े रहिंदे रहे सन, पर 1947 दी वंड समय ओह पाकिस्तान चले गए सन। उस समय लोकल सिखां ने उन्हां नूं रोकण दी बहुत कोशिश कीती, पर समय दा बहा ही कुछ इदां दा सी कि उन्हां नूं मजबूरन पाकिस्तान जाना पिया। उन्हां दी 9वीं-10वीं पीढ़ी लाहौर पाकिस्तान विखे रहिंदी है, जिन्हां विच्चों एक जहूद अहमद खान जो गुरु साहब दा बख्शिया होया पावन हुक्मनामा पंजाब लैके आए सन, ते उन्हां दे परिवार ने ओह पावन हुक्मनामे दी लिखत हुण भी सांभी होई है। ओह पावन हुक्मनामा साहब गुरु साहब ने भाई नगाहिया जी तो कलम सिहाई ते दवात लैके आलमगीर दी धरती ते लिखवाया सी, अते उस दी फोटो स्टेट कापी अज दरबार साहब अंदर सचखंड अगे लगी हुई है। इस अस्थान दे संगत जी तुसी अज दर्शन कीते हन, इतिहास बारे जाणिया है, इत्थे भाई गनी खान ते नवी खान दा घर हुंदा सी ते इत्थे ही गनी खान ते नवी खान दियां कबरां बणियां होईयां हन, जो इस गल दा प्रतीक हन कि जदों गुरु साहिब जी इत्थे रुके सन तां गनी खान ते नवी खान गेट ते पहरा दिंदे सन, ते अज भी इह कबरां गुरद्वारा साहब दे गेट कोल हन। इत्थे ही उन्हां दा घोड़ियां दा तबेला सी जिथे ओह घोड़े रखदे सन। भाई गनी खान ते नवी खान दी सिख कौम लई बहुत वड्डी देण है, जिथे गुरु साहब भाई गनी खान ते नवी खान दे घर 2 दिन 2 रातां रुके सन। अज उत्थे बहुत सुंदर गुरद्वारा साहब सुशोभित है। की है अगे दा इतिहास? इत्थों गुरु साहब उच्च दा पीर बन के गुरद्वारा कृपान भेट गए सन, उत्थे दा की इतिहास है ते दिलावर खान ने गुरु जी नू शनाखत लई क्यों रोकिया सी? अगले ब्लॉग विच जाणांगे। जेकर तुहानू साडी अज दी वीडियो ते जानकारी चंगी लगी तां पेज नू फॉलो कर लेना जी, ते सिक्खी प्रचार विच योगदान देण लई वीडियो नू शेयर जरूर कर देना जी। मिलदे हाँ अगले ब्लॉग गुरद्वारा श्री कृपान भेट साहिब विखे। वाहिगुरू जी का खालसा, श्री वाहिगुरू जी की फतेह।